ਸਬਸਕ੍ਰਾਈਬ ਕਰੋ ਸਿੰਕ੍ਰੇਟ ਮਿਊਜ਼ਿਕ ਚੈਨਲ ਨੂੰ ਸਭ ਤੋਂ ਪਹਿਲਾਂ ਵੀਡੀਓ ਵੇਖਣ ਲਈ ਇਸ ਘੰਟੀ ਨੂੰ ਦਬਾ ਦਿਓ। ਸਿੰਕ੍ਰੇਟ ਮਿਊਜ਼ਿਕ ਚੈਨਲ 'ਤੇ ਤੁਹਾਡਾ ਸਵਾਗਤ ਹੈ ਦੋਸਤੋ। ਚੈਨਲ ਦੇ ਮਾਧਿਅਮ ਰਾਹੀਂ ਤੁਹਾਡੇ ਨਾਲ ਮੈਂ ਵੱਖ ਵੱਖ ਸੰਗੀਤ ਦੇ ਵਿਸ਼ਿਆਂ ਨਾਲ ਜੁੜ ਰਿਹਾ। ਸੋ ਅੱਜ ਦੀ ਜੋ ਵੀਡੀਓ ਹੈ ਬਹੁਤ ਖਾਸ ਹੈ। ਅਪ੍ਰੈਲ ਦਾ ਮਹੀਨਾ ਹੈ, ਲੋਕਡਾਊਨ ਵਿੱਚ ਅਸੀਂ ਸਾਰੇ ਚੱਲ ਰਹੇ ਹਾਂ ਅਤੇ ਸਕੂਲੀ ਬੱਚੇ ਜਿਹੜੇ ਨੇ ਉਹ ਸੰਗੀਤ ਦੇ ਵਿਸ਼ੇ ਨਾਲ ਜਿਹੜੇ ਵੀ ਬੱਚੇ ਜੁੜੇ ਨੇ, ਚਾਹੇ ਉਹ CBSE ਸਕੂਲ ਦੇ ਨੇ ਚਾਹੇ ਉਹ ਪੰਜਾਬ ਬੋਰਡ ਦੇ ਬੱਚੇ ਨੇ, ਉਹਨਾਂ ਨੂੰ ਮੁੱਢਲੀ ਵਿੱਦਿਆ ਜੋ ਅਪ੍ਰੈਲ ਦੇ ਮਹੀਨੇ ਦਾ ਜੋ ਸਿਲੇਬਸ ਹੈ ਉਹਨਾਂ ਨੂੰ ਸ਼ੁਰੂ ਕਰਨ ਵਾਸਤੇ ਜੋ ਅੱਜ ਦੀ ਵੀਡੀਓ ਹੈ ਨਾ, ਅਪ੍ਰੈਲ ਦਾ ਮਹੀਨੇ ਦਾ ਜੋ ਸਿਲੇਬਸ ਆ ਉਹ ਸਾਰਾ ਕਵਰ ਵੀ ਕਰੇਗੀ। ਜਿਹੜੇ ਬੱਚੇ ਇਹਨੂੰ ਧਿਆਨ ਨਾਲ ਵੇਖਣਗੇ ਜਾਂ ਜਿਹੜੇ ਪ੍ਰੋਫੈਸ਼ਨਲ ਵੀ ਇਹਨੂੰ ਧਿਆਨ ਨਾਲ ਵੇਖਣਗੇ ਜਾਂ ਜਿਹੜੇ ਸਿਖਾਉਣ ਵਾਲੇ ਨੇ ਇਸ ਇਹ ਵੀਡੀਓ ਨੂੰ ਜੇ ਧਿਆਨ ਨਾਲ ਵੇਖਣਗੇ ਤਾਂ ਉਹ ਘਰੇ ਹੀ ਬੈਠਿਆਂ ਸਾਰੇ ਅਪ੍ਰੈਲ ਦਾ ਜੋ ਸਿਲੇਬਸ ਬੱਚਿਆਂ ਦਾ ਜੋ ਬੇਸਿਕ ਲੈਸਨ ਆ ਉਹਨੂੰ ਕਵਰ ਕਰ ਸਕਣਗੇ। ਤਾਂ ਆਓ ਦੋਸਤੋ, ਸਮਾਂ ਗਵਾਉਂਦਿਆਂ ਨਾ ਹੋਇਆਂ ਆਪਾਂ ਵੀਡੀਓ ਦੀ ਸ਼ੁਰੂਆਤ ਕਰਦੇ ਹਾਂ। ਇਸ ਤੋਂ ਪਹਿਲਾਂ ਕਿ ਵੀਡੀਓ ਦੀ ਸ਼ੁਰੂਆਤ ਕਰੀਏ, ਵੀਡੀਓ ਦੀ ਭਾਵਨਾਵਾਂ ਵਿੱਚ ਤੁਸੀਂ ਖੋ ਜਾਓ, ਇਸ ਚੈਨਲ ਨੂੰ ਸਬਸਕ੍ਰਾਈਬ ਕਰੋ, ਲਾਈਕ ਕਰੋ, ਸ਼ੇਅਰ ਕਰੋ ਅਤੇ ਆਓ ਆਪਾਂ ਸਮਾਂ ਨਾ ਗਵਾਉਂਦੇ ਹਾਂ, ਜਲਦੀ ਨਾਲ ਆਪਾਂ ਵੀਡੀਓ ਦੀ ਸ਼ੁਰੂਆਤ ਕਰਦੇ। ਆਓ ਦੋਸਤੋ, ਵੀਡੀਓ ਦੀ ਆਪਾਂ ਸ਼ੁਰੂਆਤ ਕਰੀਏ। ਆਪਾਂ ਸਭ ਤੋਂ ਪਹਿਲਾਂ ਇੱਕ ਚਾਰਟ ਦੁਆਰਾ ਆਪਣੇ ਇਸ ਬੇਸਿਕ ਲੈਸਨ ਨੂੰ ਸਮਝਾਂਗੇ। ਬੜੀ ਹੀ ਭਲੀ ਭਾਂਤ ਬੜੇ ਧਿਆਨ ਨਾਲ ਵੀਡੀਓ ਨੂੰ ਵੇਖੋ ਅਤੇ ਵੀਡੀਓ ਨੂੰ ਸਕਿੱਪ ਕਰਕੇ ਨਹੀਂ ਦੇਖਣਾ, ਤਾਂ ਜੋ ਆਪਾਂ ਬੇਸਿਕ ਲੈਸਨ ਜਿਹੜੇ ਬੱਚੇ ਨੇ ਉਹ ਵੀ ਇਹਨੂੰ ਸਮਝ ਸਕਣਗੇ। ਜਿਹੜੇ ਪ੍ਰੋਫੈਸ਼ਨਲ ਨੇ, ਜਿਹੜੇ ਸੰਗੀਤ ਸਿਖਾ ਰਹੇ, ਜਿਹੜੇ ਸਤਿਕਾਰਯੋਗ ਸੰਗੀਤ ਦੇ ਅਧਿਆਪਕ ਹਨ, ਉਹ ਵੀ ਬੜੇ ਭਲੀ ਭਾਂਤ ਬੱਚਿਆਂ ਨੂੰ ਸਿਖਾ ਵੀ ਸਕਣਗੇ। ਅਤੇ ਆਓ, ਇਹ ਵੀਡੀਓ ਬੜੀ ਖਾਸ ਹੋਣ ਵਾਲੀ ਹੈ। ਆਪਾਂ ਚੱਲਦੇ ਸਿੱਧੇ ਵੀਡੀਓ ਦੀ ਤਰਫ, ਇਸ ਚਾਰਟ ਦੀ ਤਰਫ। ਚਾਰਟ ਦੀ ਮਦਦ ਦੇ ਨਾਲ ਆਪਾਂ ਦੇਖਦੇ ਹਾਂ ਕਿ ਸਾਰੇ ਗਾਮਾ ਪਾਦਾ ਨੀਸਾ, ਠੀਕ ਹੈ ਨਾ। ਸੋ ਇਹ ਇੱਕ ਸਟੈਪ ਤੁਹਾਨੂੰ ਨਜ਼ਰ ਆਉਣਗੇ ਚਾਰਟ ਦੇ ਵਿੱਚ, ਇੱਕ ਸਟੇਜ ਨਜ਼ਰ ਆਉਣਗੀਆਂ ਕਿ ਸਟੇਜ ਦੇ ਦੁਆਰਾ ਸਾਰੇ ਗਾਮਾ ਹੀ ਸਮਝਾਂਗੇ। ਅਰੋ ਅਵਰੋ ਕੀ ਹੈ, ਸੋ ਸਰਗਮ ਕੀ ਹੈ, ਪਲਟਾ ਕੀ ਹੈ, ਇਹਨਾਂ ਚੀਜ਼ਾਂ ਨੂੰ ਅਸੀਂ ਇੱਕ ਚਾਰਟ ਰਾਹੀਂ ਸਮਝ ਲਵਾਂਗੇ ਅਤੇ ਅਪ੍ਰੈਲ ਦਾ ਸਿਲੇਬਸ ਅਸੀਂ ਸਾਰਾ ਹੀ ਕਵਰ ਕਰਾਂਗੇ। ਸੋ ਦੇਖੋ ਦੋਸਤੋ, ਇਹ ਜੋ ਸਾਹ ਹੈ, ਇਹ ਮੰਨ ਲਓ ਕਿ ਇਹ ਇੱਕ ਗਰਾਊਂਡ ਫਲੋਰ 'ਤੇ ਸਾਹ ਹੈ ਅਤੇ ਫਸਟ ਫਲੋਰ 'ਤੇ ਰੇਸ ਖੜ੍ਹੀ ਹੈ। ਹੁਣ ਜਦੋਂ ਅਸੀਂ ਸਾਹ ਸਾਡੇ ਨਾਲ ਬੈਠਾ ਹੈ, ਮੰਨ ਲਓ ਕਿ ਇਹ ਇੱਕ ਸੱਤ ਤਰ੍ਹਾਂ ਦੇ ਪੰਛੀ ਨੇ ਜਿਹੜੇ ਵੱਖ ਵੱਖ ਆਵਾਜ਼ ਕੱਢਦੇ ਨੇ। ਸੋ ਸਾਹ ਜਿਹੜਾ ਗਰਾਊਂਡ ਫਲੋਰ 'ਤੇ ਬੈਠਾ ਹੈ ਅਤੇ ਜਿਹੜੀ ਰੇ ਹੈ ਇਹ ਫਸਟ ਫਲੋਰ 'ਤੇ ਬੈਠੀ ਹੈ, ਠੀਕ ਹੈ ਨਾ। ਅਤੇ ਜਦੋਂ ਅਸੀਂ ਰੇ ਦੀ ਆਵਾਜ਼ ਕੱਢਾਂਗੇ ਤਾਂ ਨੈਚੁਰਲੀ ਸਾਨੂੰ ਆਵਾਜ਼ ਉੱਚੀ ਕਰਨੀ ਪਏਗੀ। ਇਹਨੂੰ ਅਰੋ ਕਹਿੰਦੇ ਹਾਂ, ਜਦੋਂ ਆਵਾਜ਼ ਸੁਰਾਂ ਦੀ ਪੌੜੀ ਚੜ੍ਹਨ ਨੂੰ ਅਰੋ ਕਹਿੰਦੇ ਹਾਂ। ਅਤੇ ਆਹ ਪੌੜੀ ਆ, ਮੰਨ ਲਓ ਇਹ ਸਟੇਜ ਨੇ, ਸੱਤ ਸਟੇਜ ਨੇ, ਅਤੇ ਇਹ ਜਦੋਂ ਅਸੀਂ ਚੜ੍ਹਾਂਗੇ, ਸੋ ਜਿੱਦਾਂ ਗਾਹ ਹੈ, ਗਾਹ ਸੈਕਿੰਡ ਫਲੋਰ 'ਤੇ ਬੈਠਾ, ਮਾਂ ਜੋ ਹੈ ਇਹ ਥਰਡ ਫਲੋਰ 'ਤੇ, ਅਤੇ ਪਾ ਫੋਰਥ ਫਲੋਰ 'ਤੇ, ਅਤੇ ਧਾ ਫਿਫਥ ਫਲੋਰ 'ਤੇ, ਅਤੇ ਨੀ ਜਿਹੜੀ ਹੈ ਇਹ ਸਿਕਸਥ ਫਲੋਰ 'ਤੇ, ਅਤੇ ਸਾਹ ਜਿਹੜਾ ਇਹੀ ਸਾਹ ਪੰਛੀ ਮੰਨ ਲਓ ਜਿਹੜਾ ਸਾਹ ਗਰਾਊਂਡ ਫਲੋਰ 'ਤੇ ਬੈਠਾ ਸੀ ਇਹੀ ਜਿਹੜਾ ਹੈ ਸੈਵਨਥ ਫਲੋਰ 'ਤੇ ਚਲਾ ਗਿਆ। ਇਹਨੂੰ ਬੁਲਾਉਣ ਵਾਸਤੇ ਅਸੀਂ ਆਵਾਜ਼ ਉੱਚੀ ਕਰਨੀ ਪਏਗੀ। ਆਪਾਂ ਸਟੇਜ ਦੇ ਦੁਆਰਾ ਸਮਝਦੇ ਹਾਂ ਕਿ ਜਿਹੜੀ ਰੇ ਆ ਇਹ ਫਸਟ ਫਲੋਰ 'ਤੇ, ਇਸ ਕਰਕੇ ਸਾਹ ਨਾਲੋਂ ਆਵਾਜ਼ ਇਹਦੀ ਉੱਚੀ ਹੋਵੇਗੀ। ਸੋ ਖਾਸ ਕਰਕੇ ਜਿਹੜੇ ਬੱਚੇ ਆ ਧਿਆਨ ਨਾਲ ਵੇਖਣ ਅਤੇ ਰੇ ਤੋਂ ਉੱਪਰ ਜਿਹੜਾ ਸੈਕਿੰਡ ਫਲੋਰ 'ਤੇ ਗਾ ਹੈ ਰੇ ਨਾਲੋਂ ਉਹਦੀ ਆਵਾਜ਼ ਉੱਚੀ ਕਰਨੀ ਪਏਗੀ, ਕਿਉਂਕਿ ਜੇ ਉੱਚੀ ਸਟੇਜ 'ਤੇ ਬੈਠਾ ਹੈ ਉਹਨੂੰ ਆਵਾਜ਼ ਉੱਚੀ ਕਰਕੇ ਜਿਹੜਾ ਹੈ ਉਹ ਬੁਲਾਉਣਾ ਪਏਗਾ। ਇਹ ਤਿੰਨ ਅਲੰਕਾਰ ਹਨ, ਪਹਿਲੇ ਜਿਹੜੇ ਮੁੱਢਲੇ ਅਲੰਕਾਰ, ਇਹ ਅਲੰਕਾਰ ਵੀ ਅਸੀਂ ਗਾਵਾਂਗੇ ਅਤੇ ਸਟੇਜ ਦੀ ਮਦਦ ਦੇ ਨਾਲ ਅਸੀਂ ਇਹ ਸਾਰੇ ਗਾਮਾ ਅੱਜ ਸਿੱਖਾਂਗੇ। ਅਤੇ ਆਓ ਆਪਾਂ ਹੁਣ ਪ੍ਰੈਕਟੀਕਲ ਕਰਕੇ ਦੇਖਦੇ ਹਾਂ ਕਿ ਪ੍ਰੈਕਟੀਕਲੀ ਇਹਨੂੰ ਕਿੱਦਾਂ ਸਮਝਣਾ ਹੈ। ਆਓ ਆਪਾਂ ਪਹਿਲਾਂ ਸਾਹ ਨੂੰ, ਜਿਹੜਾ ਕਿ ਗਰਾਊਂਡ ਫਲੋਰ 'ਤੇ ਬੈਠਾ, ਸਾਹ ਨੂੰ ਬੁਲਾਵਾਂਗੇ, ਸਾਹ ਦੀ ਆਵਾਜ਼ ਜਿਹੜੀ ਆ ਉਹ ਆਪਾਂ ਦੇਖਾਂਗੇ। ਗਰਾਊਂਡ ਫਲੋਰ ਵਾਲਾ ਜਿਹੜਾ ਸਾਹ ਹੈ ਇਹਨੂੰ ਜਦੋਂ ਬੁਲਾਵਾਂਗੇ ਅਤੇ ਉਹਦੀ ਆਵਾਜ਼ ਜਿਹੜੀ ਆ ਬਿਲਕੁਲ ਨੋਰਮਲ ਆਵਾਜ਼ ਕੱਢਣਗੇ, ਜਿਹੜਾ ਬਿਲਕੁਲ ਤੁਹਾਡੇ ਲਾਗੇ ਬੈਠਾ ਹੋਇਆ ਪੰਛੀ ਮੰਨ ਲਓ ਸਾਹ ਸਾ ਸਾ। ਹੁਣ ਰੇ ਜਿਹੜਾ ਫਸਟ ਫਲੋਰ 'ਤੇ ਬੈਠਾ ਇਹਨੂੰ ਬੁਲਾਉਣ ਵਾਸਤੇ ਆਪਾਂ ਆਵਾਜ਼ ਨੂੰ ਥੋੜ੍ਹਾ ਉੱਚੀ ਕਰਾਂਗੇ। ਹੁਣ ਗਾ ਜਿਹੜਾ ਥਰਡ ਫਲੋਰ 'ਤੇ ਬੈਠਾ ਗਾ ਮਾਂ ਥਰਡ ਫਲੋਰ 'ਤੇ ਮਾਂ ਪਾ ਧਾ
ਸੋ ਇਸ ਤਰ੍ਹਾਂ ਆਵਾਜ਼ ਜਿਹੜੀ ਆ ਜਿਉਂ ਜਿਉਂ ਪੌੜੀ ਇੱਕ ਇੱਕ ਪੌੜੀ ਸਟੈਪ ਬਾਈ ਸਟੈਪ ਇਹ ਸੁਰ ਉੱਚੇ ਹੁੰਦੇ ਜਾਣਗੇ ਸੋ ਇਸ ਤਰ੍ਹਾਂ ਤੁਸੀਂ ਅਭਿਆਸ ਕਰ ਸਕਦੇ ਹੋ ਘਰੇ ਬੈਠੇ ਹਾਂ ਆਪਾਂ ਦੂਸਰੀ ਗੱਲ ਇੱਕ ਹੋਰ ਸਮਝਾਂਗੇ ਕਿ ਸੁਰਾਂ ਦੀ ਪੌੜੀ ਚੜ੍ਹਨ ਨੂੰ ਅਰੋਹ ਕਹਿੰਦੇ ਆ ਅਤੇ ਪੌੜੀ ਉੱਤਰ ਨੂੰ ਅਵਰੋਹ ਕਹਿੰਦੇ ਆ ਜਿਹੜਾ ਸਾਹਣੀ ਦਾ ਆਪਾਂ ਕੀਤਾ ਉਹ ਅਵਰੋਹ ਸੀ ਜਦੋਂ ਪੌੜੀ ਚੜ੍ਹੇ ਉਹਨੂੰ ਕਹਿੰਦੇ ਆ ਅਰੋਹ ਠੀਕ ਹੈ ਅਤੇ ਪਲਟਾ ਹੁਣ ਅਸੀਂ ਪਲਟੇ ਨੂੰ ਸਮਝਾਂਗੇ ਅਲੰਕਾਰ ਕੀ ਹੈ ਅਤੇ ਪਲਟਾ ਕੀ ਹੈ ਵੇਖੋ ਜਦੋਂ ਅਸੀਂ ਤਿੰਨ ਤਿੰਨ ਸੁਰ ਲੈ ਲੈਂਦੇ ਹਾਂ ਮੰਨ ਲਓ ਸਾ ਰੇ ਗਾ ਮਾ ਗਾ ਮਾ ਪਾ ਇਹ ਅਸੀਂ ਪਹਿਲਾਂ ਪੈਟਰਨ ਬਣਾਇਆ ਸਾਰੇ ਗਾ ਠੀਕ ਹੈ ਫਿਰ ਅਸੀਂ ਰੇ ਤੋਂ ਸ਼ੁਰੂ ਹੋ ਗਏ ਰੇ ਗਾ ਮਾ ਇਹਨੂੰ ਕਹਿੰਦੇ ਨੇ ਅਲੰਕਾਰ ਅਲੰਕਾਰ ਦਾ ਇੱਕ ਪੈਟਰਨ ਆ ਇੱਕ ਸੀਰੀਅਲ ਆਰਡਰ ਵਿੱਚ ਅਲੰਕਾਰ ਬਣਦੇ ਆ ਅਤੇ ਹੁਣ ਪਲਟਾ ਕੀ ਆ ਪਲਟੇ ਨੂੰ ਵੀ ਸਮਝਾਂਗੇ ਮੰਨ ਲਓ ਅਸੀਂ ਜੇ ਸਾਰੇ ਗਾ ਕਰਦੇ ਹਾਂ ਸਾ ਰੇ ਗਾ ਰੇ ਸਾ ਇਹ ਪਲਟਾ ਬਣ ਗਿਆ ਸਾ ਰੇ ਗਾ ਰੇ ਸਾ ਵਾਪਸ ਆ ਗਏ ਪਲਟ ਕੇ ਫਿਰ ਵਾਪਸ ਆ ਗਏ ਇਹ ਪਲਟਾ ਬਣ ਗਿਆ ਇਹਦੇ ਹੋਰ ਵੀ ਕਈ ਪਲਟੇ ਬਣ ਸਕਦੇ ਆ ਸਾ ਰੇ ਗਾ ਰੇ ਗਾ ਸਾ ਇਹ ਵੀ ਪਲਟਾ ਸਾਰੇ ਗਾ ਦੇ ਕਿੰਨੇ ਪਲਟੇ ਬਣ ਜਾਂਦੇ ਆ ਸੋ ਪਲਟੇ ਵਿੱਚ ਅਤੇ ਅਲੰਕਾਰ ਵਿੱਚ ਮੈਨੂੰ ਉਮੀਦ ਹੈ ਤੁਹਾਨੂੰ ਫਰਕ ਸਮਝ ਆ ਗਿਆ ਠੀਕ ਹੈ ਨਾ ਪਲਟਾ ਅਤੇ ਹੁਣ ਇੱਕ ਅੱਗੇ ਆ ਗਿਆ ਸਰਗਮ ਸਰਗਮ ਜੋ ਤਾਲਬੱਧ ਸੁਰ ਹੁੰਦੇ ਹਨ ਉਹਨਾਂ ਨੂੰ ਸਰਗਮ ਕਿਹਾ ਜਾਂਦਾ ਸਰਗਮ ਪਲਟਾ ਅਤੇ ਅਲੰਕਾਰ ਠੀਕ ਹੈ ਸੋ ਆਪਾਂ ਹੁਣ ਦੇਖਦੇ ਹਾਂ ਕਿ ਜਿਹੜਾ ਸਰਗਮ ਕੀ ਚੀਜ਼ ਆ ਜਦੋਂ ਤਾਲ ਵਿੱਚ ਗਾਇਆ ਜਾਂਦਾ ਹੈ ਉਹਨੂੰ ਸਰਗਮ ਕਹਿੰਦੇ ਆ ਹੁਣ ਦੇਖੋ ਅਸੀਂ ਤਾਲ ਵਿੱਚ ਗਾਵਾਂਗੇ ਉਹਨੂੰ ਸਰਗਮ ਕਿਹਾ ਜਾਏਗਾ ਪਲਟਾ ਸਰਗਮ ਅਤੇ ਅਲੰਕਾਰ ਇਹ ਉਹਦੇ ਵਿੱਚ ਡਿਫਰੈਂਸ ਆ ਆਪਾਂ ਹੁਣ ਦੇਖਦੇ ਹਾਂ ਇਹ ਤਾਲ ਦੀ ਬੀਟ ਸ਼ੁਰੂ ਹੋ ਗਈ ਇਹ ਤਾਲ ਦੇ ਵਿੱਚ ਜਦੋਂ ਸਰਗਮ ਨੂੰ ਤਾਲ ਵਿੱਚ ਲਿਆ ਜਾਂਦਾ ਉਹਨੂੰ ਸਰਗਮ ਕਹਿੰਦੇ ਹਾਂ ਪਲਟਾ ਜਦੋਂ ਅਸੀਂ ਪਲਟ ਕੇ ਸੁਰ ਲੈ ਕੇ ਵਾਪਸ ਆਉਂਦੇ ਉਹਨੂੰ ਪਲਟਾ ਕਹਿੰਦੇ ਹਾਂ ਸਾ ਰੇ ਗਾ ਰੇ ਗਾ ਰੇ ਸਾ ਇਹ ਪਲਟਾ ਹੋ ਗਿਆ ਠੀਕ ਹੈ ਨਾ ਅਤੇ ਅਲੰਕਾਰ ਜਿਹੜਾ ਇੱਕ ਪੈਟਰਨ ਦੇ ਤੌਰ 'ਤੇ ਲਿਆ ਜਾਂਦਾ ਜਿੱਦਾਂ ਸਾ ਰੇ ਗਾ ਮਾ ਫਿਰ ਰੇ ਗਾ ਮਾ ਪਾ ਫਿਰ ਗਾ ਮਾ ਪਾ ਦਾ ਆਏਗਾ ਅਤੇ ਮੈਨੂੰ ਉਮੀਦ ਹੈ ਦੋਸਤੋ ਅਤੇ ਬੱਚਿਓ ਤੁਹਾਨੂੰ ਅੱਜ ਦੀ ਜੋ ਵੀਡੀਓ ਆ ਛੋਟੀ ਜਿਹੀ ਵੀਡੀਓ ਰਾਹੀਂ ਸਰਗਮ ਕੀ ਹੈ ਪਲਟਾ ਕੀ ਹੈ ਅਲੰਕਾਰ ਕੀ ਹੈ ਸਮਝ ਆ ਗਈ ਹੋਏਗੀ ਅਤੇ ਤਿੰਨ ਜਿਹੜੇ ਅਲੰਕਾਰ ਨੇ ਸਾਡੇ ਮੁੱਢਲੇ ਇਹ ਵੀ ਤੁਸੀਂ ਬੜੇ ਆਰਾਮ ਨਾਲ ਘਰੇ ਬੈਠੇ ਆਪਣੇ ਸੁਰ ਤੋਂ ਤੁਸੀਂ ਅਭਿਆਸ ਕਰ ਸਕਦੇ ਹੋ ਸੋ ਤੁਹਾਨੂੰ ਜੇ ਵੀਡੀਓ ਚੰਗੀ ਲੱਗੀ ਇਹਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰੋ ਚੈਨਲ ਨੂੰ ਅਤੇ ਵੀਡੀਓ ਨਾਲ ਜੁੜੋ ਚੈਨਲ ਨਾਲ ਜੁੜੋ ਬਹੁਤ ਬਹੁਤ ਧੰਨਵਾਦ